ਜ਼ਿਲ੍ਹਾ ਜਲੰਧਰ ਦੇ ਪਿੰਡ ਵਿਰਕਾ ਵਿਖੇ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਜ਼ਰਤ ਬਾਬਾ ਮਾਣੇ ਸ਼ਾਹ ਜੀ ਦੇ ਅਸਥਾਨ ਤੇ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਪਿੰਡ ਦੀ ਸਰਪੰਚ ਦਰਸ਼ਨਾ ਕੁਮਾਰੀ ਨੇ ਰਿਬਨ ਕੱਟ ਕੇ ਕੀਤੀ। ਇਸ ਦੌਰਾਨ ਪਿੰਡ ਦੀਆਂ ਮੁਟਿਆਰਾਂ ਨੇ ਗਿੱਧਾ ਭੰਗੜਾ ਪਾ ਕੇ ਅਤੇ ਪਿੰਗਾ ਝੂਟ ਕੇ ਇਸ ਮੇਲੇ ਦਾ ਆਨੰਦ ਮਨਾਇਆ। ਆਪਣੇ ਸੰਬੋਧਨ ਵਿੱਚ ਪਿੰਡ ਦੀ ਸਰਪੰਚ ਦਰਸ਼ਨਾ ਕੁਮਾਰੀ ਤੇ ਸਾਬਕਾ ਸਰਪੰਚ ਰਾਮ ਸਰੂਪ ਚੰਬਾ ਨੇ ਸਮੂਹ ਪਿੰਡ ਵਾਸੀਆਂ ਨੂੰ ਇਸ ਮੇਲੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਹੈ ਕਿ ਤੀਆਂ ਦਾ ਮੇਲਾ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਅੱਜ ਦੀ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਸਾਨੂੰ ਇਹੋ ਜਿਹੇ ਮੇਲੇ ਕਰਵਾਉਣੇ ਚਾਹੀਦੇ ਹਨ। ਮੇਲੇ ਦੌਰਾਨ ਪਰਮਜੀਤ ਕੌਰ ਜਸਪਾਲ, ਤਜਿੰਦਰ ਸਿੰਘ ਨਿਰਦੋਸ਼ ਪੰਚ, ਬਲਜੀਤ ਕੌਰ ਗੇਜਰਾਮ ਪ੍ਰਧਾਨ, ਬਲਜੀਤ ਕੌਰ ਪੰਚ, ਹੰਸਰਾਜ, ਮਹਿੰਦਰਪਾਲ ਸੀਮਾ ਤੋਂ ਇਲਾਵਾ ਪਿੰਡ ਦੀ ਪੰਚਾਇਤ ਤੇ ਸਮੂਹ ਪਿੰਡ ਵਾਸੀ ਮੌਜੂਦ ਸਨ। ਅੱਜ ਪਿੰਡ ਵਿਰਕਾ ਵਿਖੇ ਸਾਲਾਨਾ ਦੀ ਤਰ੍ਹਾਂ ਪਿੰਡ ਵਿਰਕਾ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਔਰ ਲੋਕਾਂ 'ਚ ਲੜਕੀਆਂ ਅਤੇ ਪਿੰਡ ਦੀਆਂ ਜਿਹੜੀਆਂ ਲੋਹਾਂ ਅਤੇ ਸਾਰੇ ਬਜ਼ੁਰਗ ਨੌਜਵਾਨ ਸਾਥੀਆਂ ਨੇ ਪਿੰਡ ਵਿਰਕਾ 'ਚ ਤੀਆਂ ਦੇ ਤਿਉਹਾਰ ਮਨਾ ਕੇ ਬਹੁਤ ਵਧੀਆ ਉਪਰਾਲਾ, ਕਿਉਂਕਿ ਇੱਕ ਭਾਈਚਾਰਕ ਸਾਂਝ ਪੈਦਾ ਹੁੰਦੀ ਆ, ਜੋ ਸਾਡੇ ਰੀਤੀ ਰਿਵਾਜ਼ ਆ, ਜੋ ਸਾਡੇ ਸਦੀਆਂ ਤੋਂ ਰੀਤੀ ਰਿਵਾਜ਼ ਚੱਲੇ ਆਏ ਆ, ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਪੀੜ੍ਹੀ ਨੂੰ ਇਹਨਾਂ ਦਾ ਪਤਾ ਨਹੀਂ, ਪਰ ਵੱਖ ਵੱਖ ਪਿੰਡਾਂ 'ਚ ਕਰਾ ਕੇ ਪੰਜਾਬ ਦੇ ਵਿੱਚ ਜੋ ਤੀਆਂ ਦਾ ਤਿਉਹਾਰ ਅਸੀਂ ਕਰਾਉਂਦੇ ਹਾਂ ਅਤੇ ਉਹ ਆਉਣ ਵਾਲੀ ਸਾਡੀ ਜਨਰੇਸ਼ਨ ਨੂੰ ਸਾਡੇ ਜਿਹੜਾ ਸੱਭਿਆਚਾਰਕ ਤੋਂ ਪਤਾ ਲੱਗਦਾ। ਇਸ ਕਰਕੇ ਅੱਜ ਤੀਆਂ ਦੇ ਤਿਉਹਾਰ 'ਤੇ ਮੈਂ ਸਾਰੇ ਲੰਗਨ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। ਪਿੰਡ ਵਿਰਕਾ ਵਿੱਚ ਤੀਆਂ ਦਾ ਤਿਉਹਾਰ ਬਾਬਾ ਮਾਣਾ ਸ਼ਾਹ ਦੀ ਦਰਬਾਰ 'ਤੇ ਮਨਾਇਆ ਜਾ ਰਿਹਾ, ਇਹ ਪੰਚਾਇਤਾਂ ਨੂੰ ਅਤੇ ਲੰਗਨ ਵਾਸੀਆਂ ਨੂੰ ਸਾਂਝਾ ਮਨਾ ਰਿਹਾ। ਇਹਦੇ ਵਿੱਚ ਬੀਬੀਆਂ ਨੂੰ ਬਹੁਤ ਹੀ ਉਤਸ਼ਾਹ ਦੇ ਨਾਲ ਤੀਆਂ ਦਾ ਤਿਉਹਾਰ ਮਨਾਉਣੀਆਂ, ਇਹਦੇ ਵਿੱਚ ਬੀਬੀਆਂ ਝੂਟੇ ਰਹਿੰਦੀਆਂ ਅਤੇ ਗਿੱਧਾ ਪਾਉਂਦੀਆਂ, ਭੰਗੜੇ ਪਾਉਂਦੀਆਂ। ਇਹਦੇ ਇਸ ਸਾਉਣ ਮਹੀਨੇ ਦਾ ਤਿਉਹਾਰ ਜਿਹੜਾ ਸਿਰਫ ਲੜਕੀਆਂ ਲਈ ਹੁੰਦਾ ਹੈ, ਇਹਦੇ ਵਿੱਚ ਲੜਕੀਆਂ ਸਹੁਰੇ ਘਰਾਂ ਤੋਂ ਆ ਕੇ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਆ ਅਤੇ ਇੱਕ ਦੂਜੇ ਦੇ ਨਾਲ ਦੁੱਖ ਸਾਂਝਾ ਕਰਦੀਆਂ ਅਤੇ ਚਿਰਾਂ ਤੋਂ ਜਿਹੜੀਆਂ ਸਹੇਲੀਆਂ ਸਹੇਲੀਆਂ ਦੇ ਨਾਲ ਅਤੇ ਆਪਸੀ ਮੇਲ ਜੋਲ ਹੁੰਦਾ ਹੈ। ਇਹਦੇ ਵਿੱਚ ਸਹੇਲੀਆਂ ਰਲ ਕੇ ਸਾਰੀਆਂ ਆਪਣਾ ਤੀਆਂ ਦਾ ਤਿਉਹਾਰ ਜਿਹੜਾ ਆ ਕੇ ਪੜ੍ਹਾਈ ਦਾ ਪਿੰਗਾਂ ਦਾ ਪਿੰਗਾਂ ਝੂਟਦੀਆਂ, ਭੰਗੜੇ ਪਾਉਂਦੀਆਂ, ਗਿੱਧੇ ਪਾਉਂਦੀਆਂ।